ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਦੋਸਤੋ, ਆਧੁਨਿਕ ਪੰਜਾਬੀ ਕਵਿਤਾ ਦੀ ਇਸ ਲੜੀ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੋਫੈਸਰ ਮੋਹਨ ਸਿੰਘ ਜੀ ਬਾਰੇ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜਨਮ 20 ਅਕਤੂਬਰ 1905 ਈਸਵੀ ਨੂੰ ਹੋਤੀ ਮਰਦਾਨ ਸੂਬਾ ਸਰਹੱਦ ਵਿਖੇ ਹੋਇਆ। ਉਹਨਾਂ ਦੇ ਪਿਤਾ ਜੋਧ ਸਿੰਘ ਇੱਕ ਸਰਕਾਰੀ ਡਾਕਟਰ ਵਜੋਂ ਕਾਰਜ ਕਰਦੇ ਸਨ। ਦੋਸਤੋ, ਪ੍ਰੋਫੈਸਰ ਮੋਹਨ ਸਿੰਘ ਜੀ ਦਾ ਜੱਦੀ ਪਿੰਡ ਧਮਿਆਲ ਸੀ, ਜੋ ਕਿ ਜ਼ਿਲ੍ਹਾ ਰਾਵਲਪਿੰਡੀ ਵਿੱਚ ਪੈਂਦਾ ਸੀ। ਉਹਨਾਂ ਨੇ ਕਾਫੀ ਸਮਾਂ ਇਸ ਪਿੰਡ ਵਿੱਚ ਬਿਤਾਇਆ ਸੀ। ਫਾਰਸੀ ਦੀ ਐਮਏ ਕਰਨ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਉਣ ਲੱਗੇ। ਇੱਥੇ ਹੀ ਉਹ ਸੰਤ ਸਿੰਘ ਸੇਖੋਂ ਅਤੇ ਵਰਿਆਮ ਸਿੰਘ ਸੰਧੂ ਜੀ ਦੇ ਸੰਜੋਗੀ ਅਤੇ ਮਿੱਤਰ ਬਣੇ। ਪ੍ਰੋਫੈਸਰ ਮੋਹਨ ਸਿੰਘ ਦੀ ਕਾਵਿਕ ਸਿਰਜਣਾ ਦਾ ਆਰੰਭ ਉਹਨਾਂ ਦੇ ਪਹਿਲੇ ਕਾਵਿ ਸੰਗ੍ਰਹਿ ਚਾਰ ਹੰਝੂ 1932 ਈਸਵੀ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿੱਚ ਕੇਵਲ ਚਾਰ ਹੀ ਕਵਿਤਾਵਾਂ ਬਸੰਤ, ਰੱਬ, ਨੂਰ ਜਹਾਨ ਅਤੇ ਅਨਾਰਕਲੀ ਸਨ। ਇਸ ਤੋਂ ਬਾਅਦ ਉਹ ਲਗਾਤਾਰ ਕਾਵਿ ਸਿਰਜਣਾ ਕਰਦੇ ਰਹੇ ਅਤੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਕਾਵਿ ਸੰਗ੍ਰਹਿ ਦਿੱਤੇ। ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਕਾਵਿ ਰਚਨਾਵਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਵਿੱਚ ਚਾਰ ਹੰਝੂ 1932 ਈਸਵੀ, ਸਾਵੇਂ ਪੱਤਰ 1936 ਈਸਵੀ, ਕਸੁੰਬੜਾ 1939 ਈਸਵੀ, ਅਧਵਾਟੇ 1943 ਈਸਵੀ, ਕੱਚ ਸੱਚ 1950 ਈਸਵੀ, ਆਵਾਜ਼ਾਂ 1954 ਈਸਵੀ, ਵੱਡਾ ਵੇਲਾ 1958 ਈਸਵੀ, ਜੰਦਰੇ 1964 ਈਸਵੀ, ਜੈ ਮੀਰ 1968 ਈਸਵੀ ਅਤੇ ਬੂਹੇ 1977 ਵਿੱਚ ਪ੍ਰਕਾਸ਼ਿਤ ਹੋਏ। ਕਾਵਿ ਸੰਗ੍ਰਹਿ ਤੋਂ ਇਲਾਵਾ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੱਕ ਕਹਾਣੀ ਸੰਗ੍ਰਹਿ ਨਿੱਕੀ ਨਿੱਕੀ ਵਾਸ਼ਨਾ ਦੀ ਵੀ ਸਿਰਜਣਾ ਕੀਤੀ। ਇਹਨਾਂ ਪੁਸਤਕਾਂ ਤੋਂ ਇਲਾਵਾ ਉਹਨਾਂ ਨੇ 1971 ਵਿੱਚ ਨਣਕਾਇਨ ਮਹਾਂਕਾਵਿ ਦੀ ਸਿਰਜਣਾ ਕੀਤੀ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਐਡਵਰਡ ਅਰਨਾਲਡ ਦੇ ਮਹਾਂਕਾਵਿ ਲਾਈਟ ਆਫ ਏਸ਼ੀਆ ਦਾ ਪੰਜਾਬੀ ਵਿੱਚ ਏਸ਼ੀਆ ਦਾ ਚਾਨਣ ਵਿੱਚ ਅਨੁਵਾਦ ਵੀ ਕੀਤਾ। ਦੋਸਤੋ, ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਉਹਨਾਂ ਦੀ ਕਾਵਿ ਪੁਸਤਕ ਵੱਡਾ ਵੇਲਾ ਉੱਤੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੋਇਆ ਅਤੇ ਜੈ ਮੀਰ ਉੱਪਰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਏ। ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਕਵਿਤਾ ਦਾ ਆਰੰਭ ਰੋਮਾਂਸਵਾਦ ਤੋਂ ਕੀਤਾ। ਇਸ ਤੋਂ ਬਾਅਦ ਉਹ ਆਦਰਸ਼ਵਾਦ, ਪ੍ਰਗਤੀਵਾਦ ਅਤੇ ਮਨੋਵਿਗਿਆਨਕ ਯਥਾਰਥ ਰਾਹੀਂ ਹੁੰਦੇ ਹੋਏ ਅਸਤਿਤਵਵਾਦੀ ਕਵਿਤਾ ਤੱਕ ਪਹੁੰਚੇ। ਆਪਣੀ ਕਵਿਤਾ ਦੇ ਸੁਭਾਅ ਬਾਰੇ ਉਹ ਆਪਣੀ ਕਵਿਤਾ ਜੀਵਨ ਵਿੱਚ ਲਿਖਦੇ ਹਨ ਕਿ ਮੈਂ ਸ਼ਾਇਰ ਰੰਗ ਰੰਗੀਲਾ, ਮੈਂ ਪਲ ਪਲ ਰੰਗ ਵਟਾਵਾਂ, ਜੇ ਵਟਦਾ ਰਹਾਂ ਤਾਂ ਜੀਵਾਂ, ਜੇ ਖਲਾਂ ਤਾਂ ਮਰ ਜਾਵਾਂ। ਦੋਸਤੋ, ਸਾਵੇਂ ਪੱਤਰ ਨਾਲ ਹੀ ਪ੍ਰੋਫੈਸਰ ਮੋਹਨ ਸਿੰਘ ਜੀ ਪੰਜਾਬੀ ਕਵਿਤਾ ਜਗਤ ਵਿੱਚ ਬਹੁਤ ਸਾਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਸਨ। ਇਸ ਸੰਗ੍ਰਹਿ ਵਿੱਚ ਉਹਨਾਂ ਦੀਆਂ 42 ਕਵਿਤਾਵਾਂ ਸ਼ਾਮਲ ਹਨ। ਕੁਸੁੰਬੜਾ ਵਿੱਚ ਕਵੀ ਦੀਆਂ 32 ਕਵਿਤਾਵਾਂ ਸ਼ਾਮਲ ਹਨ। ਇਸ ਵਿੱਚ ਪੋਠੋਹਾਰ ਦੀ ਕੁੜੀ, ਆਓ ਨੱਚੀਏ ਅਤੇ ਤਾਜ ਮਹਿਲ, ਜੋ ਕਿ ਪ੍ਰੋਫੈਸਰ ਮੋਹਨ ਸਿੰਘ ਦੀਆਂ ਬਹੁਤ ਹੀ ਪ੍ਰਸਿੱਧ ਰਚਨਾਵਾਂ ਹਨ, ਸ਼ਾਮਲ ਹਨ। ਦੋਸਤੋ, ਅਧਵਾਟੇ ਵਿੱਚ ਕਵੀ ਦੀਆਂ 39 ਕਵਿਤਾਵਾਂ, ਕੱਚ ਸੱਚ ਵਿੱਚ 33 ਕਵਿਤਾਵਾਂ ਅਤੇ ਉਸ ਤੋਂ ਬਾਅਦ ਵੱਡਾ ਵੇਲਾ ਵਿੱਚ 14 ਕਵਿਤਾਵਾਂ, 12 ਗਜ਼ਲਾਂ ਅਤੇ ਇੱਕ ਬੈਲਡ ਸ਼ਾਮਲ ਹੈ। ਇਸ ਪੁਸਤਕ ਵੱਡਾ ਵੇਲਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਪ੍ਰਗਤੀਵਾਦ ਹੋਰ ਵੀ ਸਪਸ਼ਟ ਅਤੇ ਸੁਦ੍ਰਿੜ ਹੋ ਕੇ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਦੋਸਤੋ, ਜੰਦਰੇ ਆਕਾਰ ਵਿੱਚ ਇੱਕ ਛੋਟਾ ਕਾਵਿ ਸੰਗ੍ਰਹਿ ਹੈ। ਇਸ ਵਿੱਚ ਕਵੀ ਦੀਆਂ ਕੇਵਲ 12 ਕਵਿਤਾਵਾਂ ਅਤੇ 12 ਗਜ਼ਲਾਂ ਸ਼ਾਮਲ ਹਨ। ਜੈਮੀਰ ਪੁਸਤਕ ਵਿੱਚ 13 ਕਵਿਤਾਵਾਂ ਅਤੇ 9 ਗਜ਼ਲਾਂ ਹਨ। ਦੋਸਤੋ, ਇਸ ਸੰਗ੍ਰਹਿ ਵਿੱਚ ਉਹਨਾਂ ਦੀ
ਬਹੁਤ ਹੀ ਪ੍ਰਸਿੱਧ ਕਵਿਤਾ ਸ਼ਾਮਲ ਹੈ ਜੋ ਕਿ ਹੈ ਇੱਕ ਟਾਪੂ ਦੇ ਡੁੱਬਣ ਉੱਤੇ। ਜਾਗੋ ਜੱਗ ਦੇ ਅਮਨ ਪਸੰਦੋ, ਹੋ ਨਾ ਜਾਏ ਅਖੀਰ ਜੈ ਮੀਰ। ਰਾਖਸ਼ ਦੇ ਮੂੰਹ ਖੱਬੀ ਪਾਓ, ਪੈਰਾਂ ਵਿੱਚ ਜੰਜੀਰ ਜੈ ਮੀਰ। ਖੱਸ ਲਓ ਉਸਦੇ ਹੱਥਾਂ ਵਿੱਚੋਂ ਅੱਤ ਖੂਨੀ ਸ਼ਮਸ਼ੀਰ ਜੈ ਮੀਰ। ਮੁੜ ਕੇ ਬਣ ਜਾਵੇ ਇਹ ਦੁਨੀਆ ਸੁਰਗਾਂ ਦੀ ਤਸਵੀਰ ਜੈ ਮੀਰ। ਦੋਸਤੋ, ਬੂਹੇ 1977 ਵਿੱਚ ਪ੍ਰਕਾਸ਼ਿਤ ਹੋਇਆ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਆਖਰੀ ਕਾਵਿ ਸੰਗ੍ਰਹਿ ਹੈ ਜਿਸ ਵਿੱਚ 26 ਕਵਿਤਾਵਾਂ, 4 ਗੀਤ ਅਤੇ 14 ਗਜ਼ਲਾਂ ਸ਼ਾਮਲ ਹਨ। ਇਸ ਕਾਵਿ ਸੰਗ੍ਰਹਿ ਵਿੱਚ ਕਵੀ ਨੇ ਅਣਖ ਦੇ ਜਜ਼ਬੇ ਨੂੰ ਬਿਆਨ ਕੀਤਾ ਹੈ। ਦੋਸਤੋ, 3 ਮਈ 1978 ਈਸਵੀ ਵਿੱਚ 72 ਸਾਲ ਦੀ ਉਮਰ ਭੋਗ ਕੇ ਪ੍ਰੋਫੈਸਰ ਮੋਹਨ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਦੋਸਤੋ, ਇਹ ਸਨ ਸਾਡੇ ਕਵੀ ਪ੍ਰੋਫੈਸਰ ਮੋਹਨ ਸਿੰਘ ਜੀ ਅਤੇ ਉਹਨਾਂ ਦੀਆਂ ਰਚਨਾਵਾਂ। ਉਮੀਦ ਕਰਦੇ ਹਾਂ ਦੋਸਤੋ, ਇਹ ਲੈਕਚਰ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਦੇ ਹੋਰ ਲੈਕਚਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ। ਧੰਨਵਾਦ।